ترجمة
My big bro, Mr. Ranjit Man, love you a lot. ਇਹ ਉਹ ਮੇਲਾ ਜਿੱਥੇ ਬੰਦਾ ਆ ਕੇ ਪਸੀਨੋ ਪਸੀਨੀ ਹੋ ਜਾਂਦਾ ਇਹ ਰਹਿਮਤਾਂ ਵਾਲਾ ਮੇਲਾ ਇੱਕ ਵਾਰ ਜ਼ੋਰਦਾਰ ਤਾੜੀਆਂ ਇਸ ਮੇਲੇ ਲਈ ਹੋਣੀ ਚਾਹੀਦੀਆਂ ਕਮਰ ਭੱਜ ਦੀ ਵੀ ਜ਼ੋਰਦਾਰ ਤਾੜੀਆਂ ਹੋਣੀ ਚਾਹੀਦੀਆਂ ਸਾਡਾ ਸਾਰਾ ਪਰਿਵਾਰ ਇਹਨਾਂ ਦਾ ਫੈਨ ਹੈ ਇਹਨਾਂ ਦੀ ਗੱਲਾਂ ਦਾ ਫੈਨ ਹੈ ਬਾਕੀ ਇਹ ਗੱਲ ਜਾਣਦੇ ਆ ਕਿ ਇਹ ਗੱਲਾਂ ਸਾਰੀਆਂ ਉਹੀ ਕਰਾਉਂਦਾ ਹੈ ਕਰਨ ਵਾਲਾ ਵੀ ਉਹੀ ਹੈ ਤੇ ਬੋਲਣ ਵਾਲਾ ਵੀ ਉਹੀ ਹੈ ਤੇ ਸੁਣਨ ਵਾਲਾ ਵੀ ਉਹੀ ਹੈ ਇਸ ਕਰਕੇ ਬਹੁਤ ਪਿਆਰ ਦੇ ਨਾਲ ਉਹ ਗੱਲਾਂ ਮੈਂ ਲਿਖਣੀਆਂ ਤੇ ਮੈਂ ਭਾਜੀ ਨੂੰ ਦੇਤੀਆਂ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਹੱਥ ਭਾਗ ਚੰਗੇ ਤੁਸੀਂ ਮੇਰੀਆਂ ਲਿਖੀਆਂ ਗੱਲਾਂ ਨੂੰ ਗਾਉਂਗੇ ਮੇਰੇ ਲਈ ਕਰਮ ਵਾਲੀ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਭਾਜੀ ਬਹੁਤ ਮਿਹਰਬਾਨੀ ਸੋ ਮੈਂ ਸਾਰੇ ਕਰਦੇ ਫਿਰਦੇ ਕੁਝ ਹੋਰ ਨਵੀਂ ਗੱਲ ਥੋੜ੍ਹੀ ਜਿਹੀ ਲਿਖੀ ਪਲੀਜ਼ ਥੋੜ੍ਹੀ ਮੈਂ ਸਾਰੇ ਕਰਦੇ ਫਿਰਦੇ ਮੈਂ ਸਾਰੇ ਕਰਦੇ ਫਿਰਦੇ ਤੂੰ ਤੂੰ ਗਰਲਿਆਂ ਕੀਤੀ ਬਾਹਰੋਂ ਲੱਗੇ ਸੋਹਣੀ ਦੁਨੀਆ ਅੰਦਰ ਭਰੀ ਪਲੀਤੀ ਜੋ ਵੀ ਕੀਤਾ ਮੈਂ ਹੀ ਕੀਤਾ ਬੰਦਾ ਰੱਬ ਦਾ ਸ਼ੁਕਰ ਕਦੇ ਕਰਦਾ ਨਹੀਂ ਹੱਸਦਿਆਂ ਤੇ ਸੁਖੀ ਦੇਖ ਕੇ ਇੱਕ ਦੂਜੇ ਨੂੰ ਜਰਦਾ ਨਹੀਂ ਤੀਰਥਾਂ ਉੱਤੇ ਬੜੇ ਕੀਤੇ ਇਸ਼ਨਾਨ ਤਾਂ ਵੀ ਮਨ ਦੀ ਮੈਲ ਨਾ ਜਾਂਦੀ ਏ ਕਾਮਲ ਮੁਰਸ਼ਦ ਬਿਨਾਂ ਕਿਸੇ ਨੂੰ ਰੱਬ ਦੀ ਸਮਝ ਨਾ ਆਉਂਦੀ ਏ ਜਿਹਨੂੰ ਸਮਝ ਆ ਗਈ ਉਹਦੀ ਉਹਨਾਂ ਹੀ ਮੈਂ ਮਕਾਈਏ ਉਹੀ ਮਸਤ ਦੀਵਾਨੇ ਬਣ ਗਏ ਲੋਕੀ ਕਹਿਣ ਛਦਾਈਏ ਮਾਨ ਰੱਬ ਨੂੰ ਪਾਉਣ ਦਾ ਡੂੰਘਾ ਰਾਜ ਮੈਂ ਮੁੱਕ ਜਾਏ ਫਿਰ ਵੱਜਦੇ ਸਾਜ ਤਦ ਅਨਹਦ ਸ਼ਬਦ ਦੀ ਆਵੇ ਵਾਜ ਖੁੱਲਦੇ ਰਾਜ ਹਕੀਕੀ ਮੈਂ ਸਾਰੇ ਕਰਦੇ ਫਿਰਦੇ ਤੂੰ ਤੂੰ ਵਿਰਲਿਆ ਕੀਤੀ ਬਾਹਰੋਂ ਲੱਗੇ ਸੋਹਣੀ ਦੁਨੀਆ ਅੰਦਰ ਭਰੀ ਪਲੀਤੀ ਇੱਥੇ ਮੈਂ ਖਤਮ ਕਰਦਾ ਕਰੋ ਈਗੋ ਖਤਮ ਕਰਦਾ ਕਰੋ ਹੰਕਾਰ ਖਤਮ ਕਰਦਾ ਕਰੋ ਨਿਮਰਤਾ ਲੈ ਕੇ ਜਾਓ ਪਿਆਰ ਵੰਡੋ ਮੁਹੱਬਤ ਵੰਡੋ ਔਰ ਆਓ ਇਹਨਾਂ ਗੱਲਾਂ ਨੂੰ ਇਹ ਪਿਆਰ ਦਿੰਦੇ ਭਾਜੀ ਹੁਣੀ ਮੈਂ ਤਾਂ ਸੁਣਾ ਦਿੰਦਾ ਅਦਰਵਾਈਜ਼ ਬਾਕੀ ਕਲਾਕਾਰਾਂ ਦਾ ਪਿਆਰ ਹੈਗਾ ਪਰ ਤੁਹਾਡੇ ਨਾਲ ਜਿਹੜਾ ਪਿਆਰ ਉਹ ਦਿਲੀ ਪਿਆਰ ਹੈ ਝੂਠ ਬੋਲਾਂ ਤੇ ਕੁਝ ਬਚਦਾ ਹੈ ਸੱਚ ਬੋਲਾਂ ਤੇ ਭਾਂਬੜ ਮੱਚਦਾ ਹੈ ਜੱਚ ਜੱਚ ਕੇ ਜੀਬਾ ਕਹਿੰਦੀ ਇਹ ਮੂੰਹ ਆਈ ਬਾਤ ਨਾ ਰਹਿੰਦੀ ਹੈ ਜਿਹੜੀ ਗੱਲ ਆਈ ਹੈ ਜ਼ੁਬਾਨ ਤੇ ਮੈਂ ਕਹਿ ਦਿੰਦਾ ਹੁੰਦਾ ਤਾਂ ਬਹੁਤ ਸ਼ੁਕਰੀਆ ਭਾਜੀ ਬਹੁਤ ਮਿਹਰਬਾਨੀ ਲਾਡੀ ਭਾਜੀ ਨੂੰ ਮੈਂ ਮਿਲ ਰਿਹਾ ਠੀਕ ਹੈ ਜੀ ਓਕੇ ਥੈਂਕ ਯੂ ਵੈਰੀ ਮੱਚ ਨਿਵਾਜ ਫਕੀਰਾਂ ਦੀ ਨੀ ਸੁਣ ਲੈ ਆਜਾ ਮੈਂ ਖੰਨੇ ਵਾਲਿਆ
ਦਾਰਾਂ ਵਾਲੀਆਂ ਤੇ ਪੱਕਣ